ਕਾਨਫਰੰਸ ਹੁਣੇ ਹੁਣੇ ਖਤਮ ਹੋਈ ਹੈ। ਗੁਰਨਾਮ ਸਿੰਘ ਚੜੂਨੀ ਜੀ ਸਾਡੇ ਨਾਲ ਜੁੜੇ ਨੇ, 5 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਉਹਦੇ ਵਿੱਚ ਸ਼ਾਮਲ ਨੇ। ਚੜੂਨੀ ਸਾਹਿਬ, ਕਿਹਾ ਜਾ ਰਿਹਾ ਸੀਗਾ ਵੀ ਅਮਿਤ ਸ਼ਾਹ ਹੋਰੀ ਨੇ ਜਿਹੜੇ ਉਹਨਾਂ ਦਾ ਫੋਨ ਆਇਆ, ਫੋਨ ਆ ਕੇ ਉਹਨਾਂ ਨੇ ਕਿਹਾ ਵੀ ਪਰਚੇ ਵੀ ਰੱਦ ਹੋਣਗੇ, ਸਾਰੀਆਂ ਚੀਜ਼ਾਂ ਕਰਨ ਨੂੰ ਤਿਆਰ ਹਾਂ, ਪਰ ਫਿਰ 48 ਘੰਟੇ ਬਾਅਦ ਮਤਲਬ ਗੱਲਬਾਤ ਨਹੀਂ ਹੁੰਦੀ। ਇਹ ਜਿਹੜੇ 48 ਘੰਟੇ ਦਾ ਗੈਪ ਹੈ, ਕੀ ਵਜ੍ਹਾ ਕੀ ਮੰਨਦੇ? ਉਹਨਾਂ ਦੇ ਫੋਨ ਕਰਕੇ ਅਸੀਂ ਕਮੇਟੀ ਬਣਾਈ ਸੀ ਵੀ ਜਿਹੜਾ ਕੋਈ ਪੈਂਡਿੰਗ ਮੁੱਦੇ ਰਹਿੰਦੇ ਨੇ ਉਹਨਾਂ ਨੂੰ ਬਹਿ ਕੇ ਨਿਬੇੜ ਲਈਏ, ਤੇ ਜਿਵੇਂ ਮੁਕੱਦਮੇ ਵਾਪਸੀ ਦਾ ਹੈ, ਮੁਆਵਜ਼ੇ ਦਾ ਹੈ, ਮੁਕੱਦਮੇ ਸੈਂਟਰ ਦੇ ਵੀ ਹੈਗੇ ਨੇ, ਮੁਕੱਦਮੇ ਸਟੇਟਾਂ ਦੇ ਵੀ ਹੈਗੇ ਨੇ, ਅਤੇ ਵੀ ਇਹ ਸਾਰੇ ਆਪਾਂ ਕਿਸ ਤਰ੍ਹਾਂ ਨਿਬੇੜ ਲਈਏ ਬਹਿ ਕੇ, ਅਤੇ ਜਾਂ ਜਿਹੜੇ ਸ਼ਹੀਦ ਉਹਨਾਂ ਨੂੰ ਮੁਆਵਜ਼ਾ ਦਾ ਸਵਾਲ ਹੈ। ਅਤੇ ਦੋ ਦਿਨਾਂ ਤੋਂ ਸੈਂਟਰ ਸਰਕਾਰ ਨੇ ਉਸ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਕੀਤੀ, ਅਤੇ ਇਹਦਾ ਮਤਲਬ ਇਹ ਹੈ ਵੀ ਸਰਕਾਰ ਦੀ ਕੋਈ ਨੀਤ ਸਾਫ ਨਹੀਂ ਹੈ। ਅਤੇ ਕੱਲ੍ਹ ਨੂੰ ਫਿਰ ਜਿਹੜਾ ਹੈ SKM ਦੀ ਮੀਟਿੰਗ, ਉਹਦੇ ਵਿੱਚ ਸਾਰਾ ਗੱਲਬਾਤ ਰੱਖ ਕੇ ਅਤੇ ਅਗਲੇ ਅੰਦੋਲਨ ਦਾ ਫੈਸਲਾ ਕਰਾਂਗੇ। ਇਹ ਮੰਨਿਆ ਜਾ ਸਕਦਾ ਵੀ ਜਿਹੜੀ ਸਰਕਾਰ ਹੈ ਉਹ ਹੁਣ ਇਸ 5 ਮੈਂਬਰੀ ਕਮੇਟੀ ਨੂੰ ਵੀ ਇਗਨੋਰ ਕਰ ਰਹੀ ਹੈ, ਹਾਲਾਂਕਿ ਸਰਕਾਰ ਨੇ ਕਿਹਾ ਸੀ ਕਮੇਟੀ ਬਣੇ ਤੇ ਹੁਣ 5 ਮੈਂਬਰੀ ਕਮੇਟੀ ਨੂੰ ਵੀ ਇਗਨੋਰ ਕੀਤਾ ਜਾ ਰਿਹਾ। ਸਰਕਾਰ ਨੇ ਕਿਹਾ ਸੀ, ਸਾਨੂੰ ਉਮੀਦ ਸੀ ਵੀ ਸਰਕਾਰ ਨੇ ਜੇ ਨਿਬੇੜਨ ਦੀ ਨੀਤ ਹੈ ਤੇ ਕਮੇਟੀ ਨਾਲ ਗੱਲਬਾਤ ਕਰਕੇ ਨਿਬੇੜ ਲਏਗੀ। ਉਹਨਾਂ ਕੋਈ ਗੱਲਬਾਤ ਪਿਛਲੇ 2 ਦਿਨਾਂ 'ਚ ਨਹੀਂ ਕੀਤੀ, ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ 7 ਤਰੀਕ ਉਹਨਾਂ ਦੀ ਮੀਟਿੰਗ ਹੋਣੀ ਹੈ, 7 ਨੂੰ ਫੈਸਲਾ ਲੈਣਾ ਹੈ। ਅਤੇ ਇਹਦਾ ਮਤਲਬ ਇਹ ਹੈ ਵੀ ਸਰਕਾਰ ਦੀ ਕੋਈ ਨੀਅਤ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੈ, ਅਤੇ 7 ਨੂੰ ਫਿਰ ਕੋਈ ਅਗਲਾ ਫੈਸਲਾ ਜਿਹੜਾ ਅੰਦੋਲਨ ਦਾ ਹੈ ਉਹ ਆਪਾਂ ਲਿਆਂਗੇ। ਤੁਸੀਂ ਵੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ 5 ਮੈਂਬਰੀ ਕਮੇਟੀ ਵੀ ਬਣਾ ਲਈ, ਹੁਣ ਤਾਂ ਹੁਣ ਵੀ ਤੁਸੀਂ ਕੋਈ ਮਤਲਬ ਅਸੀਂ ਗੱਲ ਕਿਵੇਂ ਕਰੀਏ? ਅਸੀਂ ਤਾਂ ਉਹ ਮੈਸੇਜ ਉਹਨਾਂ ਕੋਲ ਚਲਾ ਗਿਆ 5 ਮੈਂਬਰੀ ਕਮੇਟੀ ਬਣ ਗਈ, ਬੁਲਾਉਣਾ ਤਾਂ ਉਹਨਾਂ ਨੇ ਹੀ ਹੈ ਨਾ। ਜੇ ਮੁਆਵਜ਼ਿਆਂ 'ਤੇ ਵੀ ਮੰਨ ਗਏ ਸੀ, ਪਰਚਿਆਂ 'ਤੇ ਵੀ ਮੰਨ ਗਏ ਸੀ, ਤਾਂ ਪੇਚ ਹੁਣ ਕਿਹੜੀ ਗੱਲ 'ਤੇ ਅੜਿਆ? ਨਹੀਂ, ਮੁਆਵਜ਼ੇ 'ਤੇ ਪਰਚਿਆਂ 'ਤੇ ਨਹੀਂ ਮੰਨੇ। ਮੁਆਵਜ਼ੇ 'ਤੇ ਇਸ ਬਾਰੇ ਜਿਹੜੀ ਹਰਿਆਣਾ ਸਰਕਾਰ ਨਾਲ ਗੱਲ ਹੋਈ ਸੀ ਉਹ ਅਧ ਵਿਚਾਲੇ ਰਹਿ ਗਈ ਸੀ, ਉਹ ਸਿਰੇ ਨਹੀਂ ਸੀ ਚੜੀ। ਅਤੇ ਸੈਂਟਰ ਸਰਕਾਰ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਬਹਿ ਕੇ ਹੋਈ ਨਹੀਂ, ਅਤੇ ਆਪਣੀ ਮਰਜ਼ੀ ਨਾਲ ਵੀ ਉਹਨਾਂ ਨੇ ਜਿਹੜਾ ਅਲਾਊਂਸ ਨਹੀਂ ਕੀਤਾ ਕਿ ਵੀ ਅਸੀਂ ਸਾਰੇ ਪਰਚੇ ਵਾਪਸ ਲੈ ਰਹੇ ਹਾਂ। ਪਰਚਿਆਂ ਦਾ ਵੀ ਹੈ, ਅਤੇ ਜਿਹੜੇ ਅੰਦੋਲਨ ਦੇ ਸਹਿਯੋਗੀ ਰਹੇ ਨੇ ਜਿਵੇਂ NRI ਕਈ ਬਲੈਕਲਿਸਟ ਕਰਤੇ ਨੇ, ਜਾਂ ਕਈਆਂ 'ਤੇ ਰੇਡ ਹੋ ਗਈ ਹੈ, ਕਈ ਆੜ੍ਹਤੀਆਂ 'ਤੇ ਰੇਡ ਹੋ ਗਈ ਹੈ, ਜਿਹੜੇ ਲੰਗਰ ਲਾ ਰਹੇ ਨੇ ਉਹਨਾਂ 'ਤੇ ਰੇਡ ਕਰਤੀ ਹੈ ਐਵੇਂ ਪਰੇਸ਼ਾਨ ਕਰਨ ਵਾਸਤੇ, ਜਾਂ ਜਿਵੇਂ ਅਸਲੇ ਦੇ ਲਾਇਸੈਂਸ ਨੇ ਲੋਕਾਂ ਦੇ ਉਹਨਾਂ ਨੋਟਿਸ ਦੇ ਤੁਹਾਡੇ ਲਾਇਸੈਂਸ ਰੱਦ ਕਰੀਏ, ਇਸ ਤਰ੍ਹਾਂ ਕਰਕੇ ਲੋਕਾਂ ਨੂੰ ਜਿਹੜੇ ਸਹਿਯੋਗੀ ਲੋਕ ਨੇ ਉਹਨਾਂ ਦੇ ਵੀ ਸਾਰੇ ਮਸਲੇ ਵਾਪਸ ਲੈਣ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਇੱਕ ਪਾਸੇ ਗੱਲ ਹੋ ਰਹੀ ਸੀ ਵੀ 7 ਤਰੀਕ ਨੂੰ ਐਲਾਨ ਹੋ ਸਕਦਾ ਵੀ ਕਿਹੜੀ ਤਰੀਕ ਨੂੰ ਅਸੀਂ ਵਾਪਸ ਘਰਾਂ ਨੂੰ ਜਾਣਾ, ਪਰ ਹੁਣ ਇਹ ਕਹਿਣਾ ਪੈ ਰਿਹਾ ਵੀ ਅਸੀਂ ਵੱਡੀ ਕਾਲ ਜਿਹੜੀ ਆ ਉਹ ਦੇ ਸਕਦੇ ਹਾਂ, ਅੰਦੋਲਨ ਮਜਬੂਰੀ ਹੋਏਗੀ, ਹੋਰ ਕੀ, ਅੰਦੋਲਨ ਅਸੀਂ ਵਿੱਚ ਛੱਡ ਕੇ ਤਾਂ ਨਹੀਂ ਭੱਜ ਸਕਦੇ ਨਾ, ਜਿਹਨਾਂ ਲੋਕਾਂ ਦੇ ਮੁਕੱਦਮੇ ਉਹਨਾਂ ਨੂੰ ਜਿਹੜਾ ਤੇ ਨਹੀਂ ਪਛਵਾ ਸਕਦੇ ਨਾ ਆਪਾਂ, ਉਹਨਾਂ ਵਾਸਤੇ ਅੰਦੋਲਨ ਤੇ ਲੜਨਾ ਹੀ ਪਏਗਾ। ਇੱਕ ਹੋਰ ਗੱਲ ਇੱਥੇ ਕਿ ਤੁਸੀਂ ਗੱਲ ਕੀਤੀ ਸੀ ਵੀ ਸੰਸਦ ਕੋਲ ਜਿਹੜੀ ਆ ਉਹ ਪਹਿਲਾਂ ਦਿੱਤੀ ਸੀ, ਹਾਲਾਂਕਿ ਕਾਨੂੰਨ ਵਾਪਸੀ ਤੋਂ ਪਹਿਲਾਂ ਦੀ ਸੀਗੀ ਉਹ ਚੀਜ਼ਾਂ, ਉਸ ਤੋਂ ਬਾਅਦ ਯੂਪੀ ਮਿਸ਼ਨ ਯੂਪੀ ਦੀ ਵੀ ਗੱਲ ਸੀ ਕਿ ਉਹ ਵਾਲੀਆਂ ਵੱਡੀਆਂ ਕਾਲਾਂ ਵੀ ਹੁਣ ਦਿੱਤੀਆਂ ਜਾਂਦੀਆਂ? ਹਾਂ, ਹੋ ਸਕਦਾ, ਹੋ ਸਕਦਾ। ਧੰਨਵਾਦ ਜੀ। ਸੋ ਇਸ ਕੇ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਨੇ ਗੱਲਬਾਤ ਸਾਂਝੀ ਕੀਤੀ ਹੈ ਕਿ ਜਿਹੜੀਆਂ ਵੱਡੀਆਂ ਕਾਲਾਂ ਪਹਿਲਾਂ ਤੈਅ ਕੀਤੀਆਂ ਗਈਆਂ ਸੀ ਉਹ ਕਾਲਾਂ ਮੁੜ ਤੋਂ ਦਿੱਤੀਆਂ ਜਾ ਸਕਦੀਆਂ ਨੇ ਸਰਕਾਰ, ਕਿਉਂਕਿ ਹੁਣ ਗੱਲਬਾਤ ਤੋੜ ਚੁੱਕੀ ਹੈ ਸਰਕਾਰ, ਗੱਲਬਾਤ ਨਹੀਂ ਕਰ ਰਹੀ। ਜਿਹੜੇ 2 ਦਿਨ ਹੋ ਚੁੱਕੇ ਨੇ ਸਰਕਾਰ ਨੇ ਗੱਲਬਾਤ ਨਹੀਂ ਕੀਤੀ ਹੈਗੀ, ਇਸ ਤੋਂ ਪਹਿਲਾਂ ਵੀ ਜਿਹੜੇ ਯੁੱਧਵੀਰ ਸਿੰਘ ਨੇ, ਕਿਸਾਨ ਆਗੂ ਨੇ, ਉਹ ਵੀ 5 ਮੈਂਬਰੀ ਕਮੇਟੀ ਦੇ ਵਿੱਚ ਨੇ, ਉਹਨਾਂ ਨੇ ਵੀ ਇਹ ਗੱਲ ਕੀਤੀ। ਹੁਣ ਤੱਕ ਇਹ ਗੱਲ ਨੋਟਿਸ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਕਿਸਾਨ ਆਗੂ ਨੇ ਇਸ ਗੱਲ ਤੋਂ ਮੁਨਕਰ ਨਹੀਂ ਕੀਤਾ, ਕਿਸੇ ਵੀ ਕਿਸਾਨ ਆਗੂ ਨੇ ਇਹ ਨਹੀਂ ਕਿਹਾ ਵੀ ਅਮਿਤ ਸ਼ਾਹ ਦਾ ਫੋਨ ਨਹੀਂ ਆਇਆ ਸੀਗਾ। ਸੋ ਇਹ ਜੇ ਮੰਨ ਨਹੀਂ ਰਹੇ ਹੈਗੇ ਤਾਂ ਮੁਕਰੇ ਵੀ ਕੋਈ ਨਹੀਂ ਹੈਗਾ ਵੀ ਹਾਲੇ ਤੱਕ ਕੌਲ ਨਹੀਂ ਸੀ, ਪਰ ਜੇ ਇਸ ਇੱਥੇ ਦੀ ਹੁਣ ਦੀ ਗੱਲ ਕਰੀਏ ਤਾਂ ਹੁਣ 2 ਦਿਨ ਹੋ ਚੁੱਕੇ ਨੇ, 2 ਦਿਨ ਤੋਂ ਕੋਈ ਵੀ ਗੱਲਬਾਤ ਸਰਕਾਰ ਨੇ ਨਹੀਂ ਕੀਤੀ ਹੈਗੀ, ਕੀ ਕਾਰਨ ਹੋ ਸਕਦਾ? ਕਿਉਂਕਿ ਕਿਸਾਨ ਆਗੂਆਂ ਦਾ ਕਹਿਣਾ ਵੀ ਅਸੀਂ ਕਿਉਂ ਕਾਲ ਕਰੀਏ, ਅਸੀਂ ਸਰਕਾਰ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਕਿ 5 ਮੈਂਬਰੀ ਕਮੇਟੀ ਜਿਹੜੀ ਆ ਉਹ ਬਣ ਚੁੱਕੀ ਹੈ, ਤੇ ਇਹ 5 ਮੈਂਬਰ ਜਿਹੜੇ ਨੇ ਉਹ ਅੱਗੇ ਗੱਲਬਾਤ ਕਰਨਗੇ, ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਮੌਜੂਦ ਨੇ, ਯੁੱਧਵੀਰ ਸਿੰਘ ਮੌਜੂਦ ਨੇ, ਉਹਨਾਂ ਤੋਂ ਇਲਾਵਾ ਬਾਕੀ ਜਿਹੜੇ 4 ਗੁਰਨਾਮ ਸਿੰਘ ਚੜੂਨੀ ਹੋਰੀ ਹੋ ਗਏ ਉਹ ਵਿੱਚ ਮੌਜੂਦ ਨੇ। ਸੋ ਇਹਨਾਂ ਦੇ ਨਾਲ ਹੀ ਹੁਣ ਗੱਲਬਾਤ ਜਿਹੜੀ ਹੋਏਗੀ ਸਰਕਾਰ ਦੀ, ਪਰ ਸਰਕਾਰ ਨੇ ਜਿਹੜੀ ਉਮੀਦ ਸੀਗੀ ਕਿ ਹੋ ਸਕਦਾ ਵੀ 7 ਤਰੀਕ ਤੋਂ ਪਹਿਲਾਂ ਸਰਕਾਰ ਮੀਟਿੰਗ ਦਾ ਸੱਦਾ ਦੇ ਦੇਵੇ, ਸਰਕਾਰ ਮੀਟਿੰਗ ਵਾਸਤੇ ਤਿਆਰ ਹੋ ਜਾਵੇ, ਪਰ ਸਰਕਾਰ ਮੀਟਿੰਗ ਵਾਸਤੇ ਨਹੀਂ ਤਿਆਰ ਹੋਈ, ਸਰਕਾਰ ਨੇ ਕੋਈ ਸੱਦਾ ਜਿਹੜਾ ਹੈ ਹਾਲੇ ਤੱਕ ਮੀਟਿੰਗ ਦਾ ਨਹੀਂ ਦਿੱਤਾ, ਤਾਂ ਇਸ ਕਰਕੇ ਹੁਣ ਅੰਦੋਲਨ ਜਿਹਨੂੰ ਕਿਹਾ ਜਾ ਰਿਹਾ ਸੀ ਵੀ ਫਤਿਹ ਮਾਰਚ ਛੇਤੀ ਹੀ ਐਲਾਨਿਆ ਜਾ ਸਕਦਾ ਹੈ, ਪਰ ਉਹ ਫਤਿਹ ਮਾਰਚ ਹਾਲੇ ਰੋਕਿਆ ਜਾਏਗਾ ਕਿਉਂਕਿ ਸਰਕਾਰ ਨੇ ਹਾਲੇ ਗੱਲਬਾਤ ਨਹੀਂ ਕੀਤੀ, ਦੋਹਰੀ ਨੀਤੀ ਸਰਕਾਰ ਨੇ ਅਪਣਾਈ ਹੋਈ ਹੈ, ਕਿਹਾ ਜਾ ਰਿਹਾ ਕਮੇਟੀ ਨੂੰ ਵੀ ਇਗਨੋਰ ਜਿਹੜਾ ਹੈ ਉਹ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ, ਇਸ ਕਰਕੇ ਵੱਡੀਆਂ ਜਿਹੜੀਆਂ ਕਾਲਾਂ ਨੇ ਹੁਣ ਦਿੱਤੀਆਂ ਜਾਣਗੀਆਂ, ਚਾਹੇ ਸੰਸਦ ਦੀ ਵੀ ਹੋ ਸਕਦੀ ਹੈ ਕਿਉਂਕਿ 23 ਤਰੀਕ ਤੱਕ ਸੰਸਦ ਹਲੇ ਚੱਲਣੀ ਹੈ, ਤਾਂ ਸੰਸਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ, ਤਾਂ ਦੂਸਰੇ ਪਾਸੇ ਮਿਸ਼ਨ ਯੂਪੀ ਜਿਹੜਾ ਸ਼ੁਰੂ ਕੀਤਾ ਹੋਇਆ ਸੀ। ਸੋ ਸਰਕਾਰ ਨੂੰ ਕਿਤੇ ਨਾ ਕਿਤੇ ਚੇਤਾਵਨੀ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਵੀ ਜੇ ਸਰਕਾਰ ਗੱਲਬਾਤ ਨਹੀਂ ਕਰਦੀ ਜਾਂ ਸਰਕਾਰ ਦੁਬਾਰਾ ਲਟਕਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਹ ਨਹੀਂ ਹੈਗਾ ਕਿ ਸੰਯੁਕਤ ਮੋਰਚਾ ਪਿੱਛੇ ਹਟਿਆ। ਉਹਨਾਂ ਕਿਹਾ
ਵੀ ਅਸੀਂ ਨੀਚੇ ਨਹੀਂ ਹਟੇ ਸੀਗੇ, ਅਸੀਂ ਰੁਕੇ ਨਹੀਂ ਸੀ, ਪਿੱਛੇ ਨਹੀਂ ਸੀ ਹਟੇ ਸੀ ਜੇ ਸਰਕਾਰ ਗੱਲਬਾਤ ਲਈ ਤਿਆਰ ਹੋਈ ਸੀ ਤਾਂ ਮੁੜ ਤੋਂ ਵੱਡੀ ਕਾਲ ਜਿਹੜੀ ਆ ਉਹ ਕੱਲ੍ਹ ਦਿੱਤੀ ਜਾ ਸਕਦੀ ਹੈ। ਤੁਸੀਂ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ, ਕੈਮਰਾਮੈਨ ਗੋਲਡੀ ਦੇ ਨਾਲ ਮੈਂ ਅਨੁਕੜ।